ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦਾ ਆਗਾਜ਼ ਹੁੰਦਿਆਂ ਹੀ ਸਿਆਸੀ ਮਾਹੌਲ ਗਰਮਾ ਚੁੱਕਿਆ ਤੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਹਰ ਇੱਕ ਨੂੰ ਬੋਲਣ ਦੀ ਖੁੱਲ ਦਿੰਦਾ ਹੈ। ਹਰ ਇੱਕ ਆਜ਼ਾਦੀ ਨਾਲ ਬੇਬਾਕ ਤਰੀਕੇ ਨਾਲ ਬੋਲ ਸਕਦਾ ਹੈ। ਇਸੇ ਦੇ ਚੱਲਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਯਾਨੀ ਕਿ JNU ਵਿਖੇ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਵਿਦਿਆਰਥੀਆਂ ਵੱਲੋਂ ਮੋਦੀ ਸਰਕਾਰ ਖਿਲਾਫ਼ ਕੀਤੀ ਗਈ ਬੇਬਾਕ ਸਪੀਚ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਆਓ ਸੁਣਦੇ ਹਾਂ ਕੀ ਹੈ ਉਹ ਵਾਇਰਲ ਵੀਡੀਓ। ਐਸੇ ਦੌਰ ਮੇਂ ਜਬ ਇਲੈਕਸ਼ਨ ਹੋ ਰਹਾ ਹੈ ਤੋ ਇਨ ਲੋਗੋ ਕੋ ਐਕਸਪੋਜ਼ ਕਰਨੇ ਕੀ ਜ਼ਰੂਰਤ ਹੈ। ਯੇ ਜੋ RSS BJP ਕੇ ਲੋਗ ਹੈ, ਹਮੇ ਜੋ ਨੈਸ਼ਨਲ ਐਂਟੀ ਨੈਸ਼ਨਲ ਕਾ ਡਿਬੇਟ ਸਿਖਾ ਰਹੇ ਹੈ, ਹਮੇ ਨੈਸ਼ਨਲ ਬਨਨੇ ਕੀ ਬਾਤ ਬਤਾ ਰਹੇ ਹੈ, ਹਮ ਉਨਕੋ ਕਹਿਣਾ ਚਾਹਤੇ ਹੈ ਕਿ ਹਮਾਰੇ ਜੈਸਾ ਲੋਗ ਹਰ ਇੱਕ ਇਨਸਾਨ ਹਰ ਇੱਕ ਘਰ ਮੇਂ ਹੋਤਾ ਹੈ, ਜੋ JNU ਆਨੇ ਕਾ ਸਪਨਾ ਦੇਖਤਾ ਹੈ, ਜੋ ਪੜ੍ਹਨੇ ਕਾ ਸਪਨਾ ਦੇਖਤਾ ਹੈ, ਇੱਕ ਅੱਛੇ ਭਾਰਤ ਬਨਾਨੇ ਕਾ ਸਪਨਾ ਦੇਖਤਾ ਹੈ, ਉਨਕੋ ਯੇ ਬਤਾਨਾ ਚਾਹੇਂਗੇ ਕਿ ਮੋਦੀ ਜੀ ਹੈ ਤਬ ਮੁਮਕਿਨ ਨਹੀਂ ਹੈ, ਸਿਕਸ਼ਾ ਹੈ ਤਬ ਮੁਮਕਿਨ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563।